ਸੰਤਾਂ ਦੀ ਝੰਜੋਟੀ ਡੇਰਾ ਝਾੜ ਪੀਰ ਵਿਖੇ ਮੁੱਖ ਸੇਵਾਦਾਰ ਮਹੰਤ ਮਲਕੀਤ ਨਾਥ ਜੀ ਦੀ ਅਗਵਾਈ ਹੇਠ ਗੁਰੂ ਗਿਆਨ ਨਾਥ ਜੀ ਦੇ ਸੇਵਕ ਸੰਤ ਹਰੀਨਾਥ ਮਹਾਰਾਜ ਜੀ ਦੀ ਸਾਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮਧਾਮ ਨਾਲ ਮਨਾਈ ਗਈ। ਟੂਨਾ ਸਾਹਿਬ ਟਰੱਸਟ ਦੇ ਚੇਅਰਮੈਨ ਓਮ ਪ੍ਰਕਾਸ਼ ਕੱਬਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਲੰਗਰ ਭੰਡਾਰੇ ਅਟੁੱਟ ਵਰਤਾਏ ਗਏ। ਸੇਵਾਦਾਰ ਬਲਵੰਤ ਨਾਥ, ਨਛੱਤਰ ਨਾਥ ਸ਼ੇਰਕਿਲ, ਕਰਨਵੀਰ ਕਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਹਾਜ਼ਰੀ ਭਰੀ। ਸਾਹਿਬ ਸਤਿਗੁਰ ਗਿਆਨ ਨਾਥ ਮਹਾਰਾਜ ਜੀ ਦੇ ਚਰਨ ਸੇਵਕ ਸਤਿਗੁਰ ਹਰੀਨਾਥ ਮਹਾਰਾਜ ਜੀ ਦੀ ਜਿਹੜੀ ਉਹ ਬਰਸੀ ਆ, ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਹਰ ਸਾਲ ਮਨਾਈ ਜਾਂਦੀ ਆ। ਐਤਕਾਂ ਦੇ ਸਾਲ ਵੀ ਜਿਹੜੀ ਉਹ ਮਨਾਈ ਗਈ ਆ। ਬਹੁਤ ਖੁਸ਼ੀ ਦੀ ਗੱਲ ਆ ਕਿ ਬਹੁਤ ਸੰਤ ਮਹਾਤਮਾ ਔਰ ਸੰਗਤ ਜਿੰਨੀ ਵੀ ਆਈ ਆ ਇਸ ਦਰਬਾਰ ਦੇ ਉੱਤੇ, ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ। ਸੰਤ ਮਲਕੀਤ ਨਾਥ ਜੀ ਮਹਾਰਾਜ, ਗੱਦੀ ਨਸ਼ੀਨ ਧੂਨਾ ਸਾਹਿਬ, ਉਹਨਾਂ ਦੇ ਪਰਮ ਗੁਰੂ ਸਤਿਗੁਰ ਹਰੀਨਾਥ ਜੀ, ਸੇਵਕ ਸਤਿਗੁਰ ਗਿਆਨ ਨਾਥ ਜੀ ਦੀ ਅੱਜ ਵਰਸੀ ਬੜੀ ਸ਼ਰਧਾ ਪੂਰਵਕ ਸੰਗਤਾਂ ਵੱਲੋਂ ਮਨਾਈ ਗਈ ਹੈ, ਜਿਹਦੇ ਵਿੱਚ ਸੰਤ ਸਮਾਜ ਦੇ ਸਾਰੇ ਪ੍ਰਮੁੱਖ, ਸੰਤ ਸਮਾਜ ਦੇ ਮਹਾਂਪੁਰਸ਼ ਆਏ ਹਨ ਅਤੇ ਸੰਗਤਾਂ ਆਈਆਂ ਹਨ। ਸਾਰਿਆਂ ਦਾ ਮਾਣ ਸਤਿਕਾਰ ਸੰਤ ਮਲਕੀਤ ਨਾਥ ਜੀ ਨੇ ਲੋਈਆਂ ਦੇ ਕੇ, ਕੰਬਲ ਦੇ ਕੇ ਕੀਤਾ ਅਤੇ ਉਹਨਾਂ ਨੂੰ ਜੀ ਐਂ ਕਿਹਾ, ਧੰਨਵਾਦ ਕੀਤਾ ਹੈ।